ਦੈਨਿਕ ਸਵੇਰਾ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਵੀਨ ਕੁਮਾਰ। ਅੱਜ ਭਾਰਤੀਆਂ ਦੇ ਲਈ ਸਪੋਰਟਸ ਅਪਡੇਟ ਇੱਕ ਸੁਪਰ ਸੰਡੇ ਦੀ ਤਰ੍ਹਾਂ ਹੋਏਗੀ, ਕਿਉਂਕਿ ਅੱਜ ਓਲੰਪਿਕ ਦੇ ਵਿੱਚ ਭਾਰਤ ਨੂੰ 2 ਮੈਡਲ ਮਿਲ ਸਕਦੇ ਨੇ। ਇਸ ਤੋਂ ਇਲਾਵਾ ਅੱਜ ਏਸ਼ੀਆ ਕੱਪ ਦਾ ਵਿਮੈਨਸ ਦਾ ਜਿਹੜਾ ਫਾਈਨਲ ਹੈ ਓਲੰਪਿਕ 'ਚ, ਭਾਰਤੀਆਂ ਦੇ ਲਈ 27 ਜੁਲਾਈ ਦਾ ਦਿਨ ਬਹੁਤ ਖਾਸ ਨਹੀਂ ਰਿਹਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਨਿਵੇਸ਼ਕਾਂ ਨੂੰ ਸੂਬੇ 'ਚ ਵਾਪਸ ਲਿਆਂਦਾ। ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਹੁਣ ਤੱਕ ਲਗਭਗ 74,447 ਕਰੋੜ ਰੁਪਏ ਦਾ ਪ੍ਰਸਤਾਵਿਤ ਨਿਵੇਸ਼ ਆਇਆ। ਇਸ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਵੀ ਖੁੱਲ ਗਏ ਨੇ। ਇੰਨਾ ਹੀ ਨਹੀਂ, ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ। ਮੇਰਾ ਨਾਮ ਤੁਸ਼ਾਰ ਜੈਨ ਹੈ, ਮੈਂ ਬਸੰਤ ਆਟੋਟੈਕ LLP ਦਾ CEO ਹਾਂ ਅਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਜਲੰਧਰ ਦੇ ਜੰਡੂ ਸਿੰਘੇ ਦੇ ਵਿੱਚ ਆਪਣਾ ਇਹ ਨਵਾਂ ਪਲਾਂਟ ਲਗਾਇਆ। ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਉਣੀ ਅਤੇ ਨਾ ਤਾਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ, ਨਾ ਕਿਸੇ ਦਫ਼ਤਰ ਦੇ ਵਿੱਚ ਧੱਕੇ ਖਾਣੇ ਪਏ। ਸਗੋਂ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ EMDIC ਦੇ ਕੋਲੋਂ ਹੋਈ ਔਰ ਅਸੀਂ ਔਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫੋਰਮ ਆਪ ਫਿਲ ਕੀਤਾ। ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਟਰਾਂਸਪੇਰੈਂਸੀ ਵੱਧ ਗਈ ਅਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੇ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਹੀਂ ਖਰਾਬ ਕਰਨੇ ਪੈਣ। ਭਾਰਤ ਦੇ ਵਿੱਚ ਜਿਹੜੇ ਪਦਕ ਨੇ ਉਹਦਾ ਖਾਤਾ ਨਹੀਂ ਖੋਲ ਸਕਿਆ, ਪਰ 28 ਜੁਲਾਈ ਨੂੰ ਉਮੀਦ ਹੈ ਕਿ ਭਾਰਤ ਇੱਕ ਨਹੀਂ ਬਲਕਿ 2 ਮੈਡਲ ਜਿੱਤ ਸਕਦਾ। ਖਾਸ ਗੱਲ ਇਹ ਹੈ ਕਿ ਦੋਨੋਂ ਮੈਡਲ ਗੋਲਡ ਵੀ ਹੋ ਸਕਦੇ ਨੇ। ਸੋ ਪੈਰਿਸ ਓਲੰਪਿਕ 2024 ਦੇ ਵਿੱਚ ਭਾਰਤੀ ਜਿਹੜੇ ਫੈਨਸ ਨੇ ਉਹਨਾਂ ਦੇ ਲਈ ਸੰਡੇ ਦਾ ਮਜ਼ਾ ਦੁੱਗਣਾ ਹੋਣ ਵਾਲਾ। ਐਸਾ ਇਸ ਲਈ ਹੈ ਕਿਉਂਕਿ ਭਾਰਤ ਦੀ ਝੋਲੀ ਦੇ ਵਿੱਚ ਇੱਕ ਨਹੀਂ 2 ਮੈਡਲ ਗਿਰਦੇ ਨਜ਼ਰ ਆ ਰਹੇ ਨੇ। ਇਹਦੇ ਲਈ 27 ਜੁਲਾਈ ਦਾ ਦਿਨ ਮਿਲਿਆ ਜੁਲਿਆ ਰਿਹਾ ਔਰ ਇੱਕ ਜਗ੍ਹਾ ਜਿੱਥੇ ਸ਼ੂਟਿੰਗ ਦੇ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਦੀ ਵਜ੍ਹਾ ਦੇ ਨਾਲ ਭਾਰਤ ਨੇ ਮੈਡਲ ਜਿੱਤਣ ਦਾ ਮੌਕਾ ਗਵਾ ਦਿੱਤਾ, ਉੱਥੇ ਹੀ ਹਾਕੀ, ਬਾਕਸਿੰਗ, ਬੈਡਮਿੰਟਨ ਵਰਗੇ ਖੇਡਾਂ ਦੇ ਵਿੱਚ ਭਾਰਤ ਦੇ ਲਈ ਚੰਗੀਆਂ ਖਬਰਾਂ ਰਹੀਆਂ। ਬਾਕਸਿੰਗ ਦੇ ਵਿੱਚ ਭਾਰਤ ਨੇ ਬਹੁਤ ਜ਼ਬਰਦਸਤ ਸ਼ੁਰੂਆਤ ਕੀਤੀ ਹੈ। ਬਾਕਸਿੰਗ ਦੇ ਵਿੱਚ ਭਾਰਤ ਦੀ ਪ੍ਰੀਤੀ ਪਵਾਰ ਨੇ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ। ਰਾਊਂਡ ਆਫ 32 ਦਾ ਮੁਕਾਬਲਾ ਉਹਨਾਂ ਨੇ 27 ਜੁਲਾਈ ਨੂੰ 5-0 ਦੇ ਨਾਲ ਜਿੱਤਿਆ ਅਤੇ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਪ੍ਰੀਤੀ ਦਾ ਸਾਹਮਣਾ ਏਰੀਅਸ ਦੇ ਨਾਲ 30 ਜੁਲਾਈ ਨੂੰ ਹੋਏਗਾ। ਉੱਥੇ ਹੀ ਨਿਕਤ ਜ਼ਰੀਨ 28 ਜੁਲਾਈ ਨੂੰ ਰਾਊਂਡ ਆਫ 32 ਮੈਚ ਖੇਡਣ ਦੇ ਲਈ ਉਤਰੇਗੀ। ਮਨੂ ਭਾਕਰ ਇਤਿਹਾਸ ਰਚ ਸਕਦੇ ਨੇ, ਭਾਰਤੀ ਸ਼ੂਟਰ ਮਨੂ ਭਾਕਰ ਟੋਕੀਓ ਓਲੰਪਿਕ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਪੈਰਿਸ ਦੇ ਵਿੱਚ ਇਤਿਹਾਸ ਰਚਣਾ ਚਾਹੁੰਦੀ ਹੈ ਅਤੇ ਮੌਕਾ ਵੀ ਹੈ ਉਹਦੇ ਕੋਲ ਕਿਉਂਕਿ 10 ਮੀਟਰ ਏਅਰ ਪਿਸਟਲ ਦੇ ਫਾਈਨਲ ਦੇ ਵਿੱਚ ਉਹਨੇ ਜਗ੍ਹਾ ਬਣਾ ਲਈ ਹੈ ਅਤੇ ਹੁਣ ਉਹ ਗੋਲਡ 'ਤੇ ਜਿਹੜਾ ਨਿਸ਼ਾਨਾ ਸਾਧੇਗੀ ਅਤੇ ਓਲੰਪਿਕ ਦੇ ਵਿੱਚ ਐਸਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਹੋ ਸਕਦੀ ਹੈ ਮਨੂ ਭਾਕਰ। ਇਸ ਤੋਂ ਇਲਾਵਾ ਗੋਲਡ ਦੇ ਵਿੱਚ ਓਲੰਪਿਕ ਦੇ ਵਿੱਚ ਅੱਜ ਦਾ ਦਿਨ ਖਾਸ ਰਹੇਗਾ, ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਔਰ ਇਸ ਦੇ ਨਾਲ ਹੀ ਅੱਜ ਵੁਮੈਨਸ ਕ੍ਰਿਕਟ ਦੇ ਲਈ ਵੀ ਬਹੁਤ ਖਾਸ ਦਿਨ ਹੈ। ਵੁਮੈਨਸ ਕ੍ਰਿਕਟ ਦੇ ਵਿੱਚ ਅੱਜ ਫਾਈਨਲ ਮੁਕਾਬਲਾ ਹੋਏਗਾ ਸ਼੍ਰੀਲੰਕਾ ਔਰ ਭਾਰਤ ਦੀਆਂ ਵੁਮੈਨਸ ਟੀਮ ਦੇ ਵਿਚਕਾਰ, ਕਿਉਂਕਿ ਏਸ਼ੀਆ ਕੱਪ ਚੱਲ ਰਿਹਾ। ਵਿਮੈਨਸ ਏਸ਼ੀਆ ਕੱਪ 2024 ਦਾ ਫਾਈਨਲ ਮੈਚ ਅੱਜ ਭਾਰਤ ਅਤੇ ਸ਼੍ਰੀਲੰਕਾ ਦੇ ਦਰਮਿਆਨ ਖੇਡਿਆ ਜਾਏਗਾ। ਟੂਰਨਾਮੈਂਟ ਦੇ ਵਿੱਚ ਹੁਣ ਤੱਕ ਦੋਵੇਂ ਟੀਮਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਦੋਵਾਂ ਹੀ ਟੀਮਾਂ ਨੇ ਏਸ਼ੀਆ ਕੱਪ ਦੇ ਵਿੱਚ ਹੁਣ ਤੱਕ ਕੋਈ ਵੀ ਮੈਚ ਨਹੀਂ ਹਾਰਿਆ। ਭਾਰਤੀ ਟੀਮ 9ਵੀਂ ਵਾਰ ਏਸ਼ੀਆ ਕੱਪ ਦੇ ਫਾਈਨਲ ਖੇਡ ਰਹੀ ਹੈ।
ਦੂਸਰੇ ਪਾਸੇ ਸ਼੍ਰੀਲੰਕਾ 6ਵੀਂ ਵਾਰ ਫਾਈਨਲ ਦੇ ਵਿੱਚ ਪਹੁੰਚੀ ਹੈ। ਦੋਵੇਂ ਟੀਮਾਂ ਲਗਾਤਾਰ ਦੂਸਰੀ ਵਾਰੀ ਜਾਣੀ ਕਿ 6ਵੀਂ ਵਾਰ ਖਿਤਾਬੀ ਮੁਕਾਬਲੇ ਦੇ ਵਿੱਚ ਭਿੜ ਰਹੀਆਂ ਨੇ। ਇਸ ਤੋਂ ਪਹਿਲਾਂ ਦੋਵੇਂ ਟੀਮਾਂ 5 ਵਾਰ ਫਾਈਨਲ ਦੇ ਵਿੱਚ ਭਿੜੀਆਂ ਨੇ। ਹਰ ਵਾਰ ਭਾਰਤ ਨੇ ਸ਼੍ਰੀਲੰਕਾ ਨੂੰ ਹਰਾਇਆ ਹੈ। ਸੋ ਅੱਜ ਦਾ ਦਿਨ ਵੀ ਭਾਰਤੀਆਂ ਦੇ ਲਈ ਖਾਸ ਰਹਿਣ ਵਾਲਾ ਹੈ, ਜਿੱਥੇ ਓਲੰਪਿਕ ਦੇ ਵਿੱਚ 2 ਮੈਡਲ ਮਿਲਣ ਦੀ ਉਮੀਦ ਹੈ, ਉਹ ਗੋਲਡ ਵੀ ਹੋ ਸਕਦੇ ਨੇ। ਉਸ ਤੋਂ ਇਲਾਵਾ ਵਿਮੈਨਸ ਕ੍ਰਿਕਟ ਦੇ ਵਿੱਚ ਵੀ ਭਾਰਤ ਚੰਗਾ ਪ੍ਰਦਰਸ਼ਨ ਕਰਕੇ ਇੱਕ ਵਾਰ ਫਿਰ ਤੋਂ ਪਿਛਲੀ ਵਾਰ ਜਿਹੜਾ ਪ੍ਰਦਰਸ਼ਨ ਹੈ ਉਸਨੂੰ ਦੁਹਰਾਏਗਾ ਔਰ ਕੱਪ ਵਾਪਸ ਭਾਰਤ ਲੈ ਕੇ ਆਏਗਾ। ਅੱਜ ਦਾ ਜਿਹੜਾ ਮੈਚ ਹੈ, ਮੈਚ ਡਿਟੇਲਸ ਜੇ ਤੁਹਾਨੂੰ ਦੱਸੀਏ ਤਾਂ ਟੂਰਨਾਮੈਂਟ ਵਿਮੈਨਸ ਏਸ਼ੀਆ ਕੱਪ ਦਾ ਅੱਜ ਫਾਈਨਲ ਹੈ। 28 ਤਰੀਕ ਨੂੰ ਇਹ ਮੈਚ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਕਾਰ ਜਾਣੀ ਕਿ ਅੱਜ ਖੇਡਿਆ ਜਾਵੇਗਾ। 2:30 ਵਜੇ ਟੌਸ ਹੋਏਗਾ ਔਰ ਮੈਚ 3 ਵਜੇ ਸ਼ੁਰੂ ਹੋਏਗਾ। ਰੰਗੀਰੀ ਦੰਬੂਲਾ ਸਟੇਡੀਅਮ ਸ਼੍ਰੀਲੰਕਾ ਦੇ ਵਿੱਚ 3 ਵਜੇ ਮੈਚ ਸ਼ੁਰੂ ਹੋਏਗਾ। ਸੁਪਰ ਸੰਡੇ ਹੈ, ਲੋਕ ਘਰਾਂ ਦੇ ਵਿੱਚ ਮੌਜੂਦ ਨੇ ਔਰ ਉਹਨਾਂ ਨੂੰ ਦੱਸ ਦਈਏ ਕਿ ਅੱਜ ਦਾ ਮੈਚ ਤੁਸੀਂ ਇਹ ਦੇਖਣਾ ਨਾ ਭੁੱਲੋ, ਕਿਉਂਕਿ ਸ਼੍ਰੀਲੰਕਾ ਅਤੇ ਭਾਰਤੀ ਮਹਿਲਾ ਵਿਮੈਨਸ ਟੀਮ ਜਾਣੀ ਕਿ ਉਹਨਾਂ ਦੇ ਵੱਲੋਂ ਅੱਜ ਦਾ ਫਾਈਨਲ ਖੇਡਿਆ ਜਾਏਗਾ। ਏਸ਼ੀਆ ਕੱਪ ਦਾ ਫਾਈਨਲ ਹੈ, ਸ਼ਾਮ 3 ਵਜੇ ਤੁਸੀਂ ਇਸ ਨੂੰ ਦੇਖ ਸਕਦੇ ਹੋ। ਔਰ ਇਸ ਤੋਂ ਇਲਾਵਾ ਮੈਨਸ ਕ੍ਰਿਕਟ ਕੱਲ੍ਹ ਸਾਰਿਆਂ ਨੇ ਰਾਤ ਤੁਸੀਂ ਦੇਖਿਆ, ਸ਼੍ਰੀਲੰਕਾ ਦੇ ਨਾਲ T20 ਮੈਨਸ ਟੂਰਨਾਮੈਂਟ ਦਾ ਆਗਾਜ਼ ਹੋਇਆ, ਜਿਸ ਦੇ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਔਰ ਜਿੱਦਾਂ ਕਿ ਉਮੀਦ ਸੀ ਕਿ ਗੌਤਮ ਗੰਭੀਰ ਬਿਲਕੁਲ ਵੈਸਾ ਹੀ ਕ੍ਰਿਕਟ ਭਾਰਤੀ ਟੀਮ ਨੇ ਖੇਡਿਆ ਜੈਸਾ ਗੌਤਮ ਗੰਭੀਰ ਦੀ ਇੱਕ ਸ਼ੈਲੀ ਹੈ। ਸ਼੍ਰੀਲੰਕਾ ਦੇ ਖਿਲਾਫ ਪਹਿਲੇ T20 ਦੇ ਵਿੱਚ ਉਹਨਾਂ ਦਾ ਆਕਰਮਕ ਰੂਪ ਦੇਖਣ ਨੂੰ ਮਿਲਿਆ। ਟੀਮ ਇੰਡੀਆ ਨੇ ਸਾਫ਼ ਤੌਰ 'ਤੇ ਦਿਖਾਇਆ ਕਿ ਇਹਦਾ ਨਤੀਜਾ ਕੀ ਹੈ। 33 ਗੇਂਦਾਂ ਦੇ ਵਿੱਚ ਭਾਰਤ ਨੇ 33 ਗੇਂਦਾਂ ਪਹਿਲਾਂ ਹੀ ਸ਼੍ਰੀਲੰਕਾ ਨੂੰ ਹਰਾ ਦਿੱਤਾ। ਭਾਰਤੀ ਬੱਲੇਬਾਜ਼ਾਂ ਦੀ ਜਾਣੀ ਕਿ ਜਿਹੜੀ ਬੱਲੇਬਾਜ਼ੀ ਸੀ ਬੜੀ ਵਿਸਫੋਟਕ ਰਹੀ, ਜਿਸ ਦਾ ਪਤਾ ਇਸ ਚੀਜ਼ ਤੋਂ ਲੱਗਦਾ ਹੈ ਕਿ ਟੀਮ ਇੰਡੀਆ ਨੇ ਸਿਰ ਚੜ੍ਹ ਕੇ ਇਹ ਚੀਜ਼ ਬੋਲ ਰਹੀ ਸੀ, ਜਿਹੜੀ ਕਿ ਗੌਤਮ ਗੰਭੀਰ ਦੀ ਇੱਕ ਖਾਸੀਅਤ ਹੈ। ਚਾਹੇ ਉਹ ਕਲਕੱਤਾ ਨਾਈਟ ਰਾਈਡਰਸ ਦੇ ਜਦੋਂ ਕਪਤਾਨ ਰਹੇ ਨੇ, ਤੁਸੀਂ ਉਹਨਾਂ ਦੇ ਮੈਚਾਂ ਦੇ ਉੱਤੇ ਝਲਕ ਮਾਰੋਗੇ ਅਤੇ ਉਹ ਟੀਮ ਹਮੇਸ਼ਾ ਦੂਸਰੀ ਟੀਮ ਦੇ ਉੱਤੇ ਚੜ੍ਹ ਕੇ ਰਹਿੰਦੀ ਸੀ। ਔਰ ਐਸਾ ਹੀ ਗੌਤਮ ਗੰਭੀਰ ਦੀ ਕਪਤਾਨੀ ਦੇ ਮਾਫ਼ ਕਰਨਾ ਕੋਚਿੰਗ ਦੇ ਵਿੱਚ ਉਹ ਹੈੱਡ ਕੋਚ ਨੇ ਟੀਮ ਦੇ, ਉਹਨਾਂ ਦੀ ਕੋਚਿੰਗ ਦੇ ਵਿੱਚ ਪਹਿਲਾ ਮੈਚ ਭਾਰਤੀ ਟੀਮ ਨੇ ਜਦੋਂ ਖੇਡਿਆ ਅਤੇ ਭਾਰਤੀ ਟੀਮ ਪੂਰੀ ਤਰੀਕੇ ਦੇ ਨਾਲ ਸ਼੍ਰੀਲੰਕਾ ਦੇ ਉੱਤੇ ਹਾਵੀ ਰਹੀ ਹੈ ਔਰ ਭਾਰਤ ਨੇ ਚੰਗਾ ਪ੍ਰਦਰਸ਼ਨ ਕੀਤਾ। 43 ਦੌੜਾਂ ਦੇ ਨਾਲ ਇਸ ਮੈਚ ਨੂੰ, ਸ਼ਾਨਦਾਰ ਮੈਚ ਨੂੰ ਭਾਰਤ ਨੇ ਆਪਣੇ ਨਾਮ ਕੀਤਾ। ਔਰ ਦੱਸ ਦਈਏ ਕਿ ਇਸ ਟੂਰਨਾਮੈਂਟ ਦਾ, T20 ਟੂਰਨਾਮੈਂਟ ਦਾ ਅੱਜ ਦੂਸਰਾ T20 ਮੈਚ ਵੀ ਹੋਏਗਾ, ਜਾਣੀ ਕਿ ਭਾਰਤ ਦੀ ਵਿਮੈਨਸ ਟੀਮ ਵੀ ਅੱਜ ਸ਼੍ਰੀਲੰਕਾ ਦੇ ਵਿੱਚ ਫਾਈਨਲ ਖੇਡੇਗੀ ਔਰ ਭਾਰਤ ਦੀ ਮੈਨਸ ਟੀਮ ਅੱਜ ਆਪਣਾ ਦੂਸਰਾ ਵਨਡੇ ਮੈਚ ਵੀ ਸ਼੍ਰੀਲੰਕਾ ਦੇ ਵਿੱਚ ਖੇਡੇਗੀ। ਦੋਵੇਂ ਟੀਮਾਂ ਸਾਡੀਆਂ ਇਸ ਟਾਈਮ ਸ਼੍ਰੀਲੰਕਾ ਦੇ ਵਿੱਚ ਮੌਜੂਦ ਨੇ। ਇੱਕ ਵਿਮੈਨਸ ਟੀਮ ਜਿਹੜੀ ਆ ਉਹ ਸ਼੍ਰੀਲੰਕਾ ਦੇ ਵਿੱਚ ਵਿਮੈਨਸ ਫਾਈਨਲ ਖੇਡੇਗੀ ਏਸ਼ੀਆ ਕੱਪ ਦਾ, ਔਰ ਦੂਸਰੇ ਪਾਸੇ ਭਾਰਤ ਸ਼੍ਰੀਲੰਕਾ ਦੇ ਵਿਚਕਾਰ ਜਿਹੜਾ ਟੂਰਨਾਮੈਂਟ ਚੱਲ ਰਿਹਾ, T20 ਟੂਰਨਾਮੈਂਟ ਚੱਲ ਰਿਹਾ, ਉਸਦਾ ਦੂਸਰਾ ਮੈਚ ਅੱਜ ਭਾਰਤ ਜਿਹੜਾ ਉਹ ਖੇਡੇਗਾ। ਔਰ ਇਹ ਮੈਚ ਜਿਹੜਾ ਇਹਦੀ 3 ਮੈਚਾਂ ਦੀ T20 ਦੀ ਸੀਰੀਜ਼ ਹੈ, ਇਸਦਾ ਦੂਸਰਾ ਮੈਚ ਜਾਣੀ ਕਿ ਅੱਜ 28 ਜੁਲਾਈ ਨੂੰ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਕਾਰ ਖੇਡਿਆ ਜਾਏਗਾ। ਇਹ ਮੈਚ ਦਾ ਟੌਸ ਜਿਹੜਾ ਹੈ ਉਹ ਸ਼ਾਮ ਨੂੰ 6:30 ਵਜੇ ਹੋਏਗਾ ਔਰ ਮੈਚ ਦੀ ਸ਼ੁਰੂਆਤ ਜਿਹੜੀ ਆ ਉਹ 7 ਵਜੇ ਹੋਏਗੀ। ਪਿਲਕੇਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਸ਼੍ਰੀਲੰਕਾ ਦੇ ਵਿੱਚ ਇਹ ਮੈਚ ਖੇਡਿਆ ਜਾਏਗਾ। ਸੋ ਭਾਰਤੀਆਂ ਦੇ ਲਈ ਅੱਜ ਸੁਪਰ ਸੰਡੇ ਹੋਣ ਵਾਲਾ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ TV ਦੇ ਸਾਹਮਣੇ ਬੈਠੇ ਰਹੋ। ਇੱਕ ਪਾਸੇ ਤੁਸੀਂ ਓਲੰਪਿਕਸ ਦਾ ਆਨੰਦ ਲੈ ਸਕਦੇ ਹੋ, ਫਿਰ ਦੁਪਹਿਰ ਨੂੰ ਤੁਸੀਂ ਵਿਮੈਨਸ ਕ੍ਰਿਕਟ ਉਹ ਜਿਹੜਾ ਵਰਲਡ ਕੱਪ ਏਸ਼ੀਆ ਕੱਪ ਹੈ ਉਹ ਸ਼ੁਰੂ ਹੋ ਜਾਏਗਾ ਔਰ ਸ਼ਾਮ ਹੁੰਦਿਆਂ ਫਿਰ ਤੋਂ ਕ੍ਰਿਕਟ ਦਾ ਆਨੰਦ ਲੈਣਾ ਹੈ ਤੁਸੀਂ ਅਤੇ ਆਪਣੀ TV ਸਕਰੀਨ ਦੇ ਸਾਹਮਣੇ ਬੈਠ ਜਾਓ। ਔਰ T20 ਜਿਹੜਾ ਟੂਰਨਾਮੈਂਟ ਚੱਲ ਰਿਹਾ ਭਾਰਤ ਸ਼੍ਰੀਲੰਕਾ ਦੇ ਵਿਚਕਾਰ, ਉਸਦਾ ਦੂਸਰਾ ਮੈਚ ਅੱਜ ਖੇਡਿਆ ਜਾਏਗਾ।
ਸੋ ਭਾਰਤੀਆਂ ਦੇ ਲਈ ਸੁਪਰ ਸੰਡੇ ਔਰ ਇਸ ਦੇ ਵਿੱਚ ਬਹੁਤ ਕੁਛ ਅੱਜ ਮਿਲਣ ਦੀ ਉਮੀਦ ਹੈ ਓਲੰਪਿਕਸ ਦੇ ਵਿੱਚ ਵੀ ਔਰ ਏਸ਼ੀਆ ਕੱਪ ਦੇ ਵਿੱਚ ਵੀ ਔਰ ਭਾਰਤ ਇਸ ਸੀਰੀਜ਼ ਦਾ ਜਿਹੜਾ 3 ਮੈਚਾਂ ਦੀ T20 ਸੀਰੀਜ਼ ਹੈ ਜੇ ਅੱਜ ਦਾ ਮੈਚ ਜਿੱਤ ਜਾਂਦਾ ਤਾਂ ਉਸ ਦੇ ਵਿੱਚ ਵੀ ਜਿੱਤ ਹਾਸਲ ਕਰਕੇ ਇਹ ਸੀਰੀਜ਼ ਆਪਣੇ ਨਾਮ ਕਰ ਲਏਗਾ ਸੋ ਭਾਰਤੀਆਂ ਦੇ ਲਈ ਸੁਪਰ ਸੰਡੇ ਲੈ ਕੇ ਆਇਆ ਔਰ ਦੈਨਿਕ ਸਵੇਰਾ ਦੇ ਮਾਧਿਅਮ ਦੇ ਨਾਲ ਤੁਹਾਨੂੰ ਅਸੀਂ ਪਲ ਪਲ ਦੀ ਅਪਡੇਟ ਦੇਵਾਂਗੇ ਕਿ ਓਲੰਪਿਕ ਦੇ ਵਿੱਚ ਭਾਰਤ ਦੀ ਕੀ ਪੋਜੀਸ਼ਨ ਹੈ ਵਿਮੈਨਸ ਏਸ਼ੀਆ ਕੱਪ ਦੇ ਵਿੱਚ ਭਾਰਤ ਨੇ ਇੱਕ ਐਸਾ ਪ੍ਰਦਰਸ਼ਨ ਕੀਤਾ ਉਹਦੇ 'ਤੇ ਵੀ ਚਰਚਾ ਕਰਾਂਗੇ ਦੁਪਹਿਰ ਨੂੰ ਔਰ ਸ਼ਾਮ ਨੂੰ ਭਾਰਤੀ ਮੈਨਸ ਕ੍ਰਿਕਟ T20 ਦਾ ਜਿਹੜਾ ਦੂਸਰਾ ਮੈਚ ਹੈ ਉਸ ਦੇ ਵਿੱਚ ਕੈਸਾ ਪ੍ਰਦਰਸ਼ਨ ਰਹੇਗਾ ਉਸ ਦੇ ਉੱਤੇ ਵੀ ਚਰਚਾ ਕਰਾਂਗੇ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫਾਲੋ ਕਰੇ ਦੈਨਿਕ ਸਵੇਰਾ TV ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ